ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਵਾਗਤ ਹੈ ਸਾਰਿਆਂ ਦਾ ਅੱਜ ਦੇ ਨਵੇਂ ਬਲੌਗ 'ਚ। ਅਤੇ ਉਮੀਦ ਕਰਦੇ ਹਾਂ ਸਾਰੇ ਜਣੇ ਬਹੁਤ ਵਧੀਆ ਹੋਣਗੇ। ਅਤੇ ਕੱਲ੍ਹ ਤਾਂ ਹਫੜਾ ਦਫੜੀ ਮੱਚ ਗਈ ਸੀ ਇੰਸਟਾ ਅਤੇ ਫੇਸਬੁੱਕ ਨੂੰ ਲੈ ਕੇ, ਅਤੇ ਚਲੋ ਬਾਕੀ ਰੱਬ ਦਾ ਸ਼ੁਕਰ ਹੈ ਚੱਲ ਪਿਆ ਦੁਬਾਰਾ। ਸਾਡਾ ਬੁੱਤੂ ਤਿਆਰ ਹੋਇਆ ਪਿਆ, ਉਹ ਸਾਡੀ ਇੱਕ ਇਹ ਮਾਇਰਾ ਵੀ ਤਿਆਰ ਹੋਈ ਪਈ ਆ, ਚੰਨੀ ਸਾਹਿਬ ਵੀ ਤਿਆਰ ਹੋਏ ਪਏ ਆ। ਅਤੇ ਆਪਾਂ ਅੱਜ ਚੱਲੇ ਹਾਂ ਕਿਤੇ, ਕਿੱਥੇ ਚੱਲੇ ਹਾਂ ਵਲੌਗ ਨਾਲ ਜੁੜੇ ਰਹੇ, ਤੁਹਾਨੂੰ ਬਹੁਤ ਛੇਤੀ ਪਤਾ ਲੱਗ ਜੂਗਾ। ਮੇਰਾ ਪੁੱਤਰ ਹੋ ਕੇ ਹਟਿਆ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਚੰਨੀ, ਜਿਹਨੇ ਕਿਸੇ ਦਿਨ ਮੰਨੇ। ਸੋ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਲਾਈਕ ਕਰ ਦਿਆ ਕਰੋ, ਕਮੈਂਟ ਕਰ ਦਿਆ ਕਰੋ। ਅੱਜ ਕਿੱਥੇ ਜਾਣ ਦੀ ਤਿਆਰੀਆਂ ਹੋ ਰਹੀਆਂ? ਅੱਜ ਚੱਲੇ ਨੇ ਚੰਨੀ ਸਾਹਿਬ ਨੇ ਸਹੁਰਿਆਂ ਦੇ। ਕਹਿੰਦੇ ਕਿਆ ਬਾਤ ਹੈ, ਸੇਵਾ ਕਰਾਣ ਸਾਸੂ ਮਾਂ ਨੂੰ ਕਹਿਣਾ ਅੱਜ ਪਨੀਰ ਬਣਾ ਲੈ, ਗਜਰੇਲਾ ਬਣਾ ਲੈ, ਹੋਰ ਮਸ਼ਰੂਮ ਬਣਾ ਰਿਹਾ ਤੁਹਾਡੇ ਲਈ। ਉਹ ਕਹਿੰਦੇ ਸੇਵਾ ਕਰਾਓ ਸਹੁਰਿਆਂ ਦੀ, ਹੁੰਦੀ ਆ ਪਰਾਹੁਣਿਆਂ ਦੀ ਟੌਰ ਵੱਖਰੀ। ਉਹ ਬੱਬਾ ਉੱਤੇ ਲਾ ਕੇ ਸਾਰਾ ਪਿੰਡ ਰੱਖ ਦੇ, ਹੁੰਦੀ ਆ ਪਰਾਹੁਣਿਆਂ ਦੀ ਟੌਰ ਵੱਖਰੀ। ਇਹ ਪਹਿਲਾ ਬੰਦਾ ਦੇਖਿਆ ਮੈਂ ਜਿਹਨੂੰ ਆਪਣੇ ਸਹੁਰੇ ਜਾਂਦਾ ਇੰਨਾ ਚਾਹਿਆ। ਮੈਨੂੰ ਇੰਨਾ ਜਾਣੀ ਹਲੇ ਆਪਣੇ ਸਹੁਰਿਆਂ 'ਚ, ਆਪਣੇ ਪੇਕਿਆਂ 'ਚ ਜਾਣਦਾ ਜਿੰਨਾ ਇਹਨਾਂ ਨੂੰ ਆਪਣੇ ਸਹੁਰਿਆਂ 'ਚ ਜਾਂਦਾ ਚਾਹਿਆ। ਲਓ ਜੀ ਜਲੰਧਰ ਵਾਲਿਓ, ਆਪਾਂ ਆ ਰਹੇ ਹਾਂ ਜਲੰਧਰ, ਉਹ ਵੀ ਦੋ ਦਿਨ ਲਈ, ਦੋ ਤਿੰਨ ਦਿਨ ਲਈ। ਸੋ ਜਿਹੜੇ ਮਿਲਣਾ ਚਾਹੁੰਦੇ ਨੇ ਉਹ ਸਾਨੂੰ ਮੈਸੇਜ ਕਰੋ, ਕਮੈਂਟ। ਦੋ ਤਿੰਨ ਦਿਨ ਲਈ ਨਹੀਂ, ਤੁਹਾਨੂੰ ਮਿਲਾਂਗੇ। ਅੱਜ 6, 7, 8, 9, 10, 4 ਦਿਨ ਲਈ। ਹਾਂ 3 ਦਿਨ ਲਈ, ਚੌਥੇ ਦਿਨ ਤਾਂ ਆਪਾਂ ਆ ਜਾਣਾ ਵਾਪਸ। ਹਾਂ ਤੁਸੀਂ ਤਾਂ ਅੱਗੇ ਹੀ ਇਹ ਚਾਹੁੰਦੇ, ਇਹ ਤਾਂ ਇਹੀ ਚਾਹੁੰਦੇ ਹੁੰਦੇ ਵੀ ਇਹ ਚੱਲ ਜਾਵੇ ਪੇਕਿਆਂ ਤੇ, ਰਿਹਾ ਵੇ ਮਹੀਨਾ ਮਹੀਨਾ, ਮੈਨੂੰ ਆਜ਼ਾਦੀ ਮਿਲ ਜਾਵੇ ਤਾਂ ਮੈਂ ਘੁੰਮਾ ਫਿਰਾ ਯਾਸ਼ੀ ਕਰਾਂ। ਇਹ ਨਹੀਂ ਮੈਂ ਹੋਣ ਦਿੰਦੀ। ਅੱਜ ਤੁਸੀਂ ਲਾਈਵ ਦੇਖ ਲਓ, ਥੱਪੜ ਮਾਰਦੇ ਆ ਮਾਇਰਾ ਦੇ। ਮਿੱਟੀ ਖਾ ਰਹੀ ਤੂੰ, ਕਰ ਦੋ ਮਾਇਰਾ, ਗੰਦੀ ਬਾਤ ਹੁੰਦੀ, ਛੀ ਛੀ। ਉੱਥੇ ਬਿੱਲੀ ਨੇ ਪੋਟੀ ਕੀਤੀ ਸੀ, ਆਏ ਹਾਏ, ਪੋਟੀ ਵਾਲੀ ਮਿੱਟੀ ਖਾ ਗਈ ਮਾਇਰਾ। ਤੂੰ ਕਰ ਦੋ, ਇੱਦਾਂ ਤੂੰ ਕਰ ਦੋ, ਕਰ ਦੋ ਛੇਤੀ, ਕਰ ਦੋ, ਕਰ ਦੋ, ਕਰ ਦੋ। ਉਹ ਸਾਡਾ ਇੱਕ ਪੁੱਤ ਵੀ ਆ ਗਿਆ, ਸਾਡਾ ਪੁੱਤਰੂ ਆ ਗਿਆ, ਪੁੱਤਰੂ ਆਏ ਮੈਂ ਮੱਝਾ ਚੋਣਾ ਕਾਕਾ। ਹਾਏ ਦੇਖਿਓ ਕਿੰਨਾ ਸੀਮਿੰਟ ਖਾ ਗਿਆ, ਅੱਲਾ ਖਾ ਗਈ ਲਾ ਕੇ। ਉਹ ਖੁਸ਼ ਹੋ ਰਿਹਾ, ਉਹ ਖੁਸ਼ ਹੋ ਰਿਹਾ ਜੀ, ਖੁਸ਼ ਹੁੰਦਾ ਜੀ। ਲਓ ਜੀ ਤਾਲੇ ਲੱਗ ਰਹੇ ਆ ਕਮਰਿਆਂ ਨੂੰ, ਚਾਰ ਇਹਨਾਂ ਨੇ ਇੱਥੇ ਹੀ ਵਜਾਤੇ ਆ। ਮੈਨੂੰ ਲੱਗਦਾ ਜੀ 7 ਵਜੇ ਤਾਂ ਆਪਾਂ ਘਰੇ ਪਹੁੰਚਾਂਗੇ ਜੀ। ਅਤੇ ਇਹ ਕੰਮ ਆਪਣੇ ਦਾਦੂ ਕੋਲ ਬਾਹਰ ਹੀ ਆ। ਚਲੋ ਆ ਜਾਓ ਦਰਵਾਜਾ ਖੋਲੋ, ਮੂੰਹ ਤੇ ਲੱਗ ਜਾਣਾ ਅੱਗੇ ਵਾਂਗੂ। ਚਲੋ ਚਲੋ ਉੱਥੇ ਆਊਗਾ ਖਰੜ, ਖਰੜ ਆਊਗਾ। ਆ ਕੀ ਲਵਾਇਆ ਖਰੜ ਆਊਗਾ, ਖਰੜ ਆਊਗਾ, ਉਹਨੂੰ ਇੱਥੇ ਬੁਲਾ ਲਿਆ। ਸਾਡੀ ਭੂਆ ਦਾ, ਸਾਡੀ ਭੂਆ ਦਾ ਮੁੰਡਾ ਵੀ ਸਾਡੇ ਨਾਲ ਜਾ ਰਿਹਾ ਆ, ਤੇ ਉਹ ਬਾਈਬਲ ਸਾਰੇ, ਉਹ ਵੀ ਮਨੀ ਮਾਜਰੇ ਤੋਂ ਕਹਿੰਦੇ ਮੈਂ ਖਰੜ ਆ ਜਾਊਂਗਾ, ਉੱਥੋਂ ਹੀ ਇਕੱਠੇ ਚੜ ਪਵਾਂਗੇ ਬਸ, ਤੇ ਆਪਾਂ ਬਾਈਬਲ ਜਾਣਾ ਆ। ਆਰਾਮ ਨਾਲ ਮਾਇਰਾ,
ਲੋ ਜੀ, ਆਪਾਂ ਆਟੋ 'ਚ ਬੈਠ ਗਏ ਅਤੇ ਹੁਣ ਚੱਲੇ ਹਾਂ ਆਪਾਂ ਖਰੜ ਨੂੰ। ਖਰੜ ਤੋਂ ਆਪਾਂ ਲਵਾਂਗੇ ਬੱਸ। ਚੰਨੀ ਸਾਹਿਬ ਜੀ ਮੂਹਰੇ ਬੈਠੇ ਸੀ ਅਤੇ ਆਹ ਚੰਨੀ ਸਾਹਿਬ ਜੀ ਏਕਮ ਨੂੰ ਖਿਲਾਉਂਦੇ ਹੋਏ ਬੱਸ ਸਟੈਂਡ। ਮੈਂ ਮਾਇਰਾ ਫੜੀ ਹੋਈ ਸੀਗੀ, ਮਾਇਰਾ ਨੂੰ ਬੈਗ 'ਤੇ ਮੈਂ ਬਿਠਾਇਆ ਅਤੇ ਚੰਨੀ ਸਾਹਿਬ ਦੀ ਜਿਹੜੀਆਂ ਐਨਕਾਂ ਸੀ ਚੰਨੀ ਏਕਮ ਵਾਰ ਵਾਰ ਹਟਾ ਰਿਹਾ ਸੀਗਾ, ਦੇਖ ਰਿਹਾ ਸੀਗਾ ਕੀ ਲਗਾਇਆ ਹੋਇਆ ਆ ਮੂੰਹ 'ਤੇ। ਅਤੇ ਸੋਰੀ ਡਿਸਟਰਬਨ ਲਈ, ਪਿੱਛੇ ਮੇਰੀ ਮੰਮਾ ਦੀ ਵੋਇਸ ਆ ਰਹੀ ਆ, ਮਾਇਰਾ ਵਾਰ ਵਾਰ ਪੌੜੀਆਂ ਤੋਂ ਨੀਚੇ ਜਾ ਰਹੀ ਆ, ਇਸ ਕਰਕੇ ਹਟਾ ਰਹੇ। ਲਓ ਜੀ, ਆਪਾਂ ਪਹੁੰਚ ਗਏ ਜਲੰਧਰ। ਆਪਾਂ 4:30 ਦੇ ਤੁਰੇ ਸੀ ਤਾਂ ਬੱਸ ਵਾਲੇ ਨੇ 7:30 ਸਾਨੂੰ ਘਰ ਪਹੁੰਚਾਇਆ। 7:15 ਹੋ ਚੁੱਕੇ ਸੀ ਅਤੇ ਭੁੱਖ ਬਹੁਤ ਲੱਗੀ ਹੋਈ ਸੀ ਅਤੇ ਚੰਨੀ ਸਾਹਿਬ ਜੀ ਵੀ ਬਹੁਤ ਥੱਕ ਚੁੱਕੇ ਸੀ, ਆ ਕੇ ਫੋਨ ਚਲਾਉਣ ਲੱਗ ਗਏ ਆਉਂਦੇ ਹੀ। ਅਤੇ ਸਾਡੀ ਜਿਹੜੀ ਆ ਮਾਇਰਾ ਉਹ ਬੈਠੀ ਫੋਨ ਨੂੰ ਲੱਗ ਗਈ, ਚਿੰਬੜ ਗਈ। ਅਤੇ ਸਾਡਾ ਏਕਮ ਪੁੱਤ ਬੱਸ 'ਚ ਰੋ ਰੋ ਕੇ ਬਹੁਤ ਤੰਗ ਕੀਤਾ ਇਹਨੇ ਸਾਨੂੰ, ਆਪਣੀ ਨਾਨੀ ਕੋਲ ਚੁੱਪ ਖੇਲ ਰਿਹਾ ਆ। ਅਤੇ ਮੈਂ ਤਾਂ ਇੰਨਾ ਜ਼ਿਆਦਾ ਥੱਕ ਗਈ ਸੀ ਬੱਸ 'ਚ ਕਿ ਮੇਰਾ ਸਿਰ ਵੀ ਦੁਖਣ ਲੱਗ ਗਿਆ ਇੰਨੇ ਹੋਰ ਨੂੰ ਏਕਮ ਦਾ ਇੰਨਾ ਰੋਣਾ ਧੋਣਾ। ਮੈਂ ਤਾਂ ਆ ਕੇ ਬੈੱਡ 'ਤੇ ਲੇਟ ਗਈ ਅਤੇ ਹੁਣ ਮਿਲ ਰਿਹਾ ਮੈਨੂੰ ਰਿਲੈਕਸ। ਸੱਚੀ ਮਾਂ ਦੇ ਘਰ ਦੇ ਨਾਲ ਦੀ ਫੀਲਿੰਗ ਹੋਰ ਕਿਤੇ ਨਹੀਂ ਹੁੰਦੀ ਇੱਕ ਕੁੜੀ ਲਈ, ਬਿਲਕੁਲ ਸਹੀ ਗਿਆ ਨਾ। ਅਤੇ ਹੁਣ ਹੋ ਗਿਆ ਸੀ ਸਾਡਾ ਰੋਟੀ ਦਾ ਵੇਲਾ, ਮੰਮੀ ਨੇ ਬਣਾਈ ਸੀ ਐੱਗ ਕੜੀ ਅਤੇ ਇੱਧਰ ਚੰਨੀ ਸਾਹਿਬ ਜੀ ਅਤੇ ਸਾਡੇ ਛੋਟਾ ਸਾਹਿਬ ਜੀ ਰੋਟੀ ਖਾਂਦੇ। ਕਿਵੇਂ ਦੀ ਲੱਗੀ ਰੋਟੀ? ਕਹਿੰਦੇ ਬਹੁਤ ਟੇਸਟੀ ਆ ਬਣੀ ਹੋਈ। ਅਤੇ ਅੱਜ ਦਾ ਬਲੌਗ ਇੰਨਾ ਹੀ, ਮਿਲਦੇ ਹਾਂ ਨੈਕਸਟ ਬਲੌਗ 'ਚ। ਬਾਏ ਬਾਏ।